ਜੀ ਅੱਜ ਕੱਲ ਜਿਹੜੀਆਂ ਪੋਥੀਆਂ ਮਾਰੇ ਦੀਆਂ ਛਾਪ ਰਹੀਆਂ, ਹਾਂਜੀ ਨਿਤਨੇਮ ਸਾਹਿਬ ਦੀਆਂ ਪੋਥੀਆਂ ਛਾਪ ਰਹੀਆਂ, ਸੁਖਮਨੀ ਸਾਹਿਬ ਦੀਆਂ ਛਾਪ ਰਹੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਛਾਪ ਰਹੇ ਨੇ, ਪ੍ਰਿੰਟ ਹੋ ਰਹੇ ਨੇ, ਹਾਂਜੀ ਹਾਂਜੀ ਦਸਮ ਗ੍ਰੰਥ ਮਹਾਰਾਜ ਪ੍ਰਿੰਟ ਹੋ ਰਹੇ ਨੇ, ਸਰਵ ਲੋਕ ਗ੍ਰੰਥ ਮਹਾਰਾਜ ਪ੍ਰਿੰਟ ਹੋਏ ਨੇ, ਇਹਨਾਂ ਦੀ ਜਿਹੜੀ ਬਾਣੀ ਲਿਖੀ ਗਈ ਹੈ, ਛਾਪੀ ਗਈ ਹੈ ਬਾਣੀ, ਹਾਂਜੀ ਪ੍ਰਿੰਟ ਕੀਤੀ ਗਈ ਹੈ, ਇਹਦੇ ਵਿੱਚ ਇਹ ਪਾਇਆ ਗਿਆ ਵੀ ਕਿਸੇ ਵੀ ਸੰਸਥਾ ਦੀ ਜਿੰਨੀਆਂ ਸੰਸਥਾਵਾਂ ਨੇ, ਹੁਣ ਤਾਂ ਇੱਕ ਨਹੀਂ ਕਾਫੀ ਸੰਸਥਾਵਾਂ ਬਣ ਚੁੱਕੀਆਂ ਨੇ ਸਿੱਖਇਜ਼ਮ ਦੀਆਂ, ਸਿੱਖ ਧਰਮ ਦੀਆਂ, ਉਹਨਾਂ ਨੇ ਪੋਥੀਆਂ ਛਪਾਈਆਂ ਨੇ, ਕਿਸੇ ਨੇ 1000 ਛਪਾਲੀ, 2000 ਛਪਾਲੀ, ਅਲੱਗ ਅਲੱਗ ਚੱਕ ਕੇ ਤੇ ਵੰਡ ਦਿੱਤੀਆਂ ਗੁਰਦੁਆਰਾ, ਠੀਕ ਹੈ ਜੀ, ਜਿਹਦੇ ਵਿੱਚ ਅਨੇਕਾਂ ਹੀ ਗਲਤੀਆਂ ਨੇ, ਅਰਥ ਤੇ ਅਨਰਥ ਕੀਤੇ ਹੋਏ ਨੇ, ਠੀਕ ਹੈ ਜੀ, ਜਿਵੇਂ ਕਿ ਆਪਾਂ ਅਖਬਾਰ ਦੇ ਵਿੱਚ ਛਾਪਿਆ ਹੈ, ਹਾਂਜੀ ਆਪਣੇ ਸੀਸੀਟੀਵੀ ਨਿਊਜ਼ ਪੇਪਰ ਦੇ ਵਿੱਚ ਬਕਾਇਦਾ ਆਪਾਂ ਪ੍ਰਿੰਟ ਕੀਤਾ ਹੈ, ਆਪਾਂ ਬਹੁਤ ਦੇਰ ਤੋਂ ਮੰਗ ਕਰਦੇ ਆ ਰਹੇ ਹਾਂ, ਹਾਂਜੀ ਅਕਾਲ ਤਖਤ ਸਾਹਿਬ ਤੋਂ ਕਿ ਜਿਹੜੀਆਂ ਪੋਥੀਆਂ ਨੇ ਜਿਹੜਾ ਭਾਈ ਚਤਰ ਸਿੰਘ ਜੀਵਨ ਸਿੰਘ ਤੋਂ ਲਿਟਰੇਚਰ ਛਪਿਆ, ਹਾਂਜੀ ਹਾਂਜੀ, ਇਹਦੇ ਵਿੱਚ ਬੇਤਾਸ਼ਾ ਕਰਦੀਆਂ, ਠੀਕ ਹੈ ਜੀ, ਆਪਾਂ ਇਹਦੇ ਛਾਪਿਆ ਕਿ ਅੱਜ ਤੱਕ ਜਿੰਨੀਆਂ ਵੀ ਨਿਤਨੇਮ ਸਾਹਿਬ ਦੀਆਂ ਪੋਥੀਆਂ ਛੁਪਵਾਈਆਂ ਗਈਆਂ ਹਨ, ਉਹਨਾਂ ਵਿੱਚ ਲਗਾ ਮਾਤਰਾਵਾਂ, ਸਿਆਰੀ ਬਿਆਰੀ, ਅੱਖਰ ਅੱਗੇ ਪਿੱਛੇ ਤੇ ਘੱਟ ਵੱਧ ਹਨ, ਹਾਂਜੀ ਹਾਂਜੀ, ਭਾਵ ਪਾਠਾਂ ਦੇ ਮਤਲਬ ਹੀ ਹੋਰ ਨਿਕਲ ਰਹੇ ਆ, ਠੀਕ ਹੈ ਜੀ, ਜਿਸ ਕਾਰਨ ਸੰਗਤਾਂ ਦੇ ਕਾਰਜ ਕੰਮ ਨਹੀਂ ਸਿੱਧ ਹੁੰਦੇ, ਠੀਕ ਹੈ ਜੀ, ਇਸ ਡਾਵਾਂਡੋਲ ਹੋਈ ਸਥਿਤੀ ਉੱਪਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਹਾਂਜੀ, ਇਸ ਮੁੱਦੇ ਤੇ ਗੌਰ ਕਰਨ ਦੀ ਤੁਰੰਤ ਲੋੜ ਹੈ, ਜੱਦਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਮੁਖੀ ਬੁੱਢਾ ਦਲ ਮਿਸਰ ਜੱਸਾ ਸਿੰਘ ਰਾਮਗੜੀਆ ਜੀ ਵੱਲੋਂ ਇਹ ਬਿਆਨ ਛਾਪਿਆ ਗਿਆ, ਠੀਕ ਹੈ ਜੀ, ਕਿ ਇੰਨੀਆਂ ਮਿਸਟੇਕਾਂ ਗਲਤੀਆਂ ਨੇ ਜਿਸ ਕਾਰਨ ਖਾਲਸਾ ਪੰਥ ਅੱਗੇ ਆਪਣਾ ਵਾਧਾ ਨਹੀਂ ਕਰ ਰਿਹਾ, ਠੀਕ ਹੈ ਜੀ, ਹੁਣ ਕਿਸੇ ਦੀ ਆਸਥਾ ਕਿਵੇਂ ਬਣਦੀ ਹੈ, ਉਹ ਕੋਈ ਪਾਠ ਕਰਦਾ, ਉਹ ਪਾਠ ਨੂੰ ਕਰਦਾ ਲਗਾ ਮਤਲਬ ਹੀ ਹੋਰ ਹੋਣਗੀਆਂ, ਮਤਲਬ ਹੀ ਹੋਰ ਨਿਕਲੂ, ਅਰਥ ਹੋਰ ਬਣ ਜਾਂਦੇ, ਅਰਥ ਹੋਰ ਬਣ ਜਾਂਦਾ, ਤੁਸੀਂ ਦੱਸੋ ਵੀ ਕਿਵੇਂ ਇਸ ਮ੍ਰਿਤਿਉ ਲੋਕ ਤੋਂ ਇਹ ਮਤਲਬ ਕਿ ਜਿਹੜੇ ਸੰਸਾਰ ਦੇ ਜੀਵ ਨਿਕਲਣਗੇ, ਬਲਵੀਰ ਸਿੰਘ ਜੀ ਤੁਸੀਂ ਇਹਦੇ ਬਾਰੇ ਆਪਣਾ ਵਿਚਾਰ ਦਿਓ। ਦੇਖੋ ਸਰ ਜੀ, ਐਸਾ ਹੈਗਾ ਹੈ, ਗੁਰਬਾਣੀ ਗੁਰੂ ਸਾਹਿਬਾਂ ਦੀ ਬਾਣੀ ਜਿਹੜੀ ਹੈ, ਮੇਰੇ ਹਿਸਾਬ ਨਾਲ ਇੱਕ ਬਹੁਤ ਪਵਿੱਤਰ ਮੰਤਰ ਹੈ। ਹਾਂ ਠੀਕ ਹੈ, ਅਗਰ ਜੇ ਉਹ ਮੰਤਰ ਹੀ ਸ਼ੁੱਧ ਨਹੀਂ ਹੈਗੇ, ਪਵਿੱਤਰ ਨਹੀਂ ਹੈਗੇ, ਸ਼ੁੱਧ ਨਹੀਂ ਹੈਗੇ, ਮਤਲਬ ਗੁਰਬਾਣੀ ਦੇ ਵਿੱਚ ਅਕਸ਼ਰ ਹੀ ਨਹੀਂ ਠੀਕ ਹੈਗੇ, ਤੇ ਉਹਨਾਂ ਦਾ ਜਿਹੜਾ ਹੈਗਾ ਭਾਵ ਅਰਥ ਹੀ ਹੋਰ ਨਿਕਲਦਾ ਹੈ, ਤੇ ਲੋਕਾਂ ਦੇ ਕਾਰਜ ਕਾਹਦੇ ਸਿੱਧ ਹੋਣੇ ਜੀ। ਬਲਵੀਰ ਸਿੰਘ ਜੀ ਨੇ ਜਿਹੜੇ ਮੁਖੀ ਨੇ ਬੁੱਢਾ ਦਲ ਦੇ ਸਾਡੇ ਐਟ ਪ੍ਰੈਜੈਂਟ, ਉਹਨਾਂ ਨੂੰ ਇਸ ਵੱਲ ਧਿਆਨ ਕਰਨ ਦੀ ਲੋੜ ਹੈ, ਠੀਕ ਹੈ, ਮੇਰਾ ਵਿਚਾਰ ਕਹਿੰਦਾ ਉਹਨਾਂ ਨੂੰ ਬਹੁਤ ਹੀ ਖਾਸ ਧਿਆਨ ਦੇਣ ਦੀ ਇਹਦੇ ਲੋੜ ਹੈ, ਠੀਕ ਹੈ ਜੀ, ਨਾਲ ਹੀ ਪ੍ਰਬੰਧ ਕਰਨ ਵਾਲੇ ਨੇ ਗੁਰੂ ਦੀ ਬਾਣੀ ਜਿਹੜੀ ਆਪਾਂ ਵੰਡਣੀ ਆ ਲੋਕਾਂ ਨੂੰ ਦੱਸਣੀ ਆ, ਅਰਬਾਂ ਰੁਪਏ ਦਾ ਬਜਟ ਹੈ ਆਪਣੇ ਸ਼੍ਰੋਮਣੀ ਕਮੇਟੀ ਦਾ, ਕਿ ਉਹਦੇ ਵਿੱਚ ਆਪਾਂ ਗੁਰੂ ਦੀਆਂ ਪੋਥੀਆਂ, ਗੁਰੂ ਗੁਰਬਾਣੀ ਮਤਲਬ ਗੁਰੂ ਦੇ ਮੁੱਖ ਤੋਂ ਉਚਾਰਨ ਹੋਈ ਹੋਈ ਬਾਣੀ, ਗੁਰਬਾਣੀ ਗੁਰੂ ਦੀ ਬਾਣੀ ਜਿਹਨੂੰ ਉਹਦੇ ਭਾਵ ਅਰਥ ਅੱਖਰ ਅੱਗੇ ਪਿੱਛੇ ਮਤਲਬ ਕੱਟਵਟ ਕਰਕੇ ਕਈ ਪੰਕਤੀਆਂ ਹੀ ਨਹੀਂ, ਅੱਖਰ ਹੀ ਕੱਟਦੇ, ਲਫ਼ਜ਼ ਹੀ ਕੱਟੇ ਗਏ ਹੋਏ ਆ, ਤੁਸੀਂ ਦੱਸੋ ਬ੍ਰਹਿਮੰਡ ਜੀ
ਜਸਵੰਤ ਸਿੰਘ ਜੀ ਇਹਨਾਂ ਦੀ ਕੀ ਹੱਲ ਹੋ ਸਕਦਾ, ਕੀ ਹੋਣਾ ਚਾਹੀਦਾ? ਵੇਖੋ ਜੀ, ਤੁਹਾਡੇ ਵਚਨ ਸੁਣ ਕੇ ਸਾਨੂੰ ਬੜੀ ਖੁਸ਼ੀ ਹੋਈ। ਬਲਵੀਰ ਸਿੰਘ ਦੇ ਵਿਚਾਰ ਸੁਣੇ, ਤੁਹਾਡੇ ਸੁਣੇ, ਬਹੁਤ ਅੱਛੇ ਵਿਚਾਰ ਹੈ। ਕਿਉਂਕਿ ਗੁਰਬਾਣੀ ਜਿਹੜੀ ਤੋਰਨੀ ਹੈ, ਪਹਿਲੀ ਗੱਲ ਤਾਂ ਵੱਡੀ, ਇਹਨਾਂ ਨੇ ਇਹ ਗਲਤੀ ਕੀਤੀ ਜੀ, ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਤਖਤਾਂ ਉੱਤੇ ਚਾਰ ਬੀੜਾਂ ਲਿਖਤ ਕਰਕੇ ਬਾਬਾ ਦੀਪ ਸਿੰਘ ਦੀ ਡਿਊਟੀ ਲਾਈ, ਵੀ ਚਾਰ ਬੀੜਾਂ ਜਿਹੜੀਆਂ ਤੁਸੀਂ ਇਹ ਲਿਖਤ ਕਰਕੇ ਭੇਜਣੀ। ਚਾਰਾਂ ਤਖਤਾਂ 'ਤੇ ਉਹਨਾਂ ਨੇ ਚਾਰ ਬੀੜਾਂ ਲੜੀਵਾਰ ਗ੍ਰੰਥ ਭੇਜੇ, ਜਿਹੜੇ ਇਹਨਾਂ ਨੇ ਕੁਛ ਅਗਿਆਨੀ ਲੋਕਾਂ ਨੇ ਆਪਦੀ ਮਰਜ਼ੀ ਨਾਲ ਤੋੜ ਭੰਨ ਬਾਣੀ ਕੀਤੀ, ਜਿਹੜੀ ਕਿ ਮੈਂ ਮਿਸਰ ਜੱਸਾ ਸਿੰਘ ਰਾਮਗੜੀਆ, ਬਾਬਾ ਜਰਨੈਲ ਸਿੰਘ ਨੂੰ ਨਾਲ ਲੈ ਕੇ ਅਤੇ CCPU ਦੇ ਨਿਊਜ਼ ਦੇ ਮਾਲਕ ਨੂੰ ਨਾਲ ਲੈ ਕੇ, ਅਖਬਾਰ ਵਾਲੇ ਨੂੰ, ਸਾਰੇ ਅਸੀਂ ਧਰਮਾਂ ਦੇ ਗ੍ਰੰਥ ਵੀ ਇਕੱਠੇ ਕੀਤੇ, ਅਲੱਗ ਅਲੱਗ ਗ੍ਰੰਥਾਂ ਦੀ ਬਾਣੀ ਜਿਹੜੀ ਤੋੜ ਭੰਨ ਕੀਤੀ, ਉਹ ਵੀ ਦਾਸ ਨੇ ਇਹਨਾਂ ਨੂੰ ਦਿਖਾਈ। ਇਸ ਕਰਕੇ ਇਹ ਗੁਰਬਾਣੀ ਜਿਹੜੀ ਤੋੜੀ ਭੰਨੀ ਗਈ ਹੈ, ਇਹ ਬਾਣੀ ਸਾਰੀ ਇਹ ਜਿੰਨੀ ਵੀ ਖਤਮ ਕਰਕੇ ਦੁਬਾਰਾ ਉਹ ਹੀ ਲੜੀਵਾਰ ਜੋ ਲਿਟਰੇਚਰ ਹੈ ਸਾਨੂੰ ਵੱਡੇ ਸਾਡੇ ਲਿਖ ਕੇ ਗਏ, ਜਿਸ ਤਰ੍ਹਾਂ ਕਿ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਕੀ ਬਚਨ ਲਿਖੇ ਹੈ, ਸੂਰਜ ਪ੍ਰਕਾਸ਼ ਕੀ ਦੱਸ ਕੇ ਗਏ ਹੈ, ਇਹਨਾਂ ਨੇ ਉਸ ਬਾਣੀ 'ਤੇ ਕੋਈ ਇਹਨਾਂ ਲੋਕਾਂ ਨੇ ਅਸਰ ਨਹੀਂ ਕੀਤਾ। ਕਿਉਂਕਿ ਇੱਕੋ ਤੁੱਕ ਬਦਲਣ ਦੇ ਨਾਲ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਲ, ਇੱਕ ਤੁੱਕ ਬਦਲਣ ਦੇ ਨਾਲ ਗੁਰੂ ਸਾਹਿਬ ਜੀ ਨੇ ਆਪਣੇ ਲੜਕੇ ਨੂੰ ਕਿਹਾ ਸੀ, ਮੇਰੇ ਮੱਥੇ ਨਹੀਂ ਲੱਗਣਾ ਕਿ ਤੁਸੀਂ ਤੁੱਕ ਬਦਲਤੀ, ਸਿਰਫ ਔਰੰਗਜ਼ੇਬ ਨੂੰ ਖੁਸ਼ ਕਰਨ ਦੀ ਖਾਤਰ ਮੇਰੇ ਮੱਥੇ ਨਹੀਂ ਲੱਗਣਾ। ਉਹਨਾਂ ਦੇ ਲੜਕੇ ਨੇ ਵੀ ਸਰੀਰ ਲਾਹੌਰ ਛੱਡਿਆ ਸੀ। ਤੁਸੀਂ ਇੱਕ ਦੇਸੀ ਜਿਹੇ ਗਿਆਨ ਸਮਝ ਲਓ, ਜਿਸ ਤਰ੍ਹਾਂ ਕਿ ਤੁਹਾਡਾ ਨੰਬਰ 9840 ਹੈ, ਜੇ ਅਸੀਂ 9842 ਲਾ ਦਈਏ ਕੀ ਉਹ ਤਿਕਾਲ ਹੋ ਜੂ? ਬਿਲਕੁਲ। ਇਸ ਕਰਕੇ ਜਿਹੜਾ ਇੱਕ ਅੱਖਰ ਹੈ, ਮਾਈਕ ਨੂੰ ਉਵੇਂ ਰੱਖੋ ਜਿਵੇਂ ਜਿਵੇਂ ਤੁਸੀਂ ਬੋਲਣਾ, ਜਿਸ ਤਰ੍ਹਾਂ ਜੀ ਇੱਕ ਅੱਖਰ ਹੈ, ਅਸੀਂ ਕੱਕਾ ਹੀ ਲੈ ਲਓ, ਕੱਕੇ 'ਤੇ ਹੂਰਾ ਬਲਾ ਦਈਏ ਤਾਂ ਉਹਦੀ ਲਫ਼ਜ਼ ਨਾਲ ਉਂਗਲ ਤਾਂ ਚਲੀ ਜਾਂਦੀ ਹੈ, ਜੇ ਕੰਨਾਂ ਲਾ ਦਈਏ ਥੱਲੇ ਚਲੀ ਜਾਂਦੀ ਹੈ, ਜ਼ਮੀਨ ਅਤੇ ਸਮਾਨ ਦਾ ਫਰਕ ਪੈ ਜਾਂਦਾ। ਇਸ ਕਰਕੇ ਇਹ ਗੁਰਬਾਣੀ ਜਿੰਨੀ ਹੈ ਜੀ, ਇਹ ਸਾਰੀ ਮੰਤਰ ਮੈਂ ਮਤ ਦਿੱਤੀ ਗਈ ਸਾਰੀ, ਅਤੇ ਜੇ ਮਤ ਦੇ ਵਿੱਚ ਹੀ ਸਾਰਾ ਉਲਟ ਪੁਲਟ ਹੋ ਗਿਆ, ਆਪਾਂ ਅਦਾਲਤਾਂ ਵਿੱਚ ਵੀ ਅੱਜ ਕੱਲ੍ਹ ਵੇਖਦੇ ਕੋਈ ਅੱਖਰ ਦੀ ਮਿਸਟੇਕ ਹੋ ਜੇ, ਬੰਦਾ ਫਾਂਸੀ ਦਿੱਤਾ ਹੋਇਆ ਵੀ ਛੱਡਿਆ ਜਾ ਸਕਦਾ ਆਪਾਂ ਨੂੰ ਸਾਰਾ ਪਤਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਣ ਦੇ ਹੀ ਭਗਤ ਕਬੀਰ ਜੀ ਚਲੇ ਗਏ, ਉਹਨਾਂ ਦੇ ਗੁਰਬਾਣੀ ਦੇ ਮੁੱਖ ਵਚਨ ਹੈ, ਠਾ ਠਾ ਬ੍ਰਹਮਾ ਨਿਗਮ ਵਿਚਾਰ। ਨਿਗਮ ਮੀਨ ਜੀ ਕਾਨੂੰਨ, ਜੇ ਕਾਨੂੰਨ ਦੇ ਅੱਖਰ ਹੀ ਭੰਨ ਤੋੜ ਦਿੱਤੇ ਤਾਂ ਕਾਹਦਾ ਰਹਿ ਗਿਆ? ਇਸ ਕਰਕੇ ਗੁਰਬਾਣੀ ਦੀ ਬਹੁਤ ਭੰਨ ਤੋੜ ਹੋਈ ਹੈ ਜੀ। ਇਹ ਸਾਰੇ ਜਿੰਨੇ ਹੈਗੇ ਆ ਗ੍ਰੰਥ ਆ, ਜਿੰਨੇ ਇਹਨਾਂ ਨੇ ਬਹੁਤ ਬਹੁਤ ਸੁਭਾਵਾਂ ਦੇ ਵਿੱਚ ਅਸੀਂ ਦੇਖਿਆ ਜੀ, ਪੰਗਤੀਆਂ ਤੋੜ ਤੋੜ ਕੇ ਲੱਗ ਲੱਗ ਕੇ ਤੋੜ ਮਰੋੜ ਕੇ ਗ੍ਰੰਥਾਂ ਦੇ, ਆਮ ਸਾਡੇ ਅਖਬਾਰਾਂ ਦੇ ਵਿੱਚ ਵੀ, ਆਮ ਅਸੀਂ ਕਪੂਰ ਸਾਹਿਬ ਦੇ ਅਖਬਾਰਾਂ ਦੇ ਵਿੱਚ ਪਿੱਛੇ ਜੇ ਆਏ ਸੀ, ਅਸੀਂ ਪੜ੍ਹੇ ਸੀ CCP ਨਿਊਜ਼ ਦੇ ਵਿੱਚ ਵੀ, ਬਹੁਤ ਇਹਨਾਂ ਨੇ ਬਾਣੀ ਤੋੜ ਭੰਨ ਕੀਤੀ, ਬਹੁਤ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਮੈਂ ਖੁਦ ਵੀ ਜਾ ਕੇ ਇਹਨਾਂ ਨੂੰ ਜਾ ਕੇ ਗੁੱਟ ਕੇ ਦਿੰਦਾ ਰਿਹਾ ਆਪਦੇ ਹੱਥੀਂ, ਜਾ ਕੇ ਇਹਨਾਂ ਨੇ ਵੇਖੀ, ਜਿਹੜੇ ਜੇ ਅਨੰਦਪੁਰ ਸਾਹਿਬ ਦੇ, ਸੋਰੀ ਅਨੰਦਪੁਰ ਨਹੀਂ, ਹਜ਼ੂਰ ਸਾਹਿਬ ਦੀ ਲਿਖਤ ਹੋਰ ਦੱਸਦੀ ਹੈ, ਸੁੰਦਰ ਗੁਟਕੇ ਦੀ, ਚਤਰ ਸਿੰਘ ਦੀ ਲਿਖਤ ਹੋਰ ਦੱਸਦੀ ਹੈ, ਹੋਰ ਵਗੈਰਾ ਵਗੈਰਾ ਜਿੰਨੇ ਵੀ ਆਹ ਜਿਹੜੀਆਂ ਜਿਹੜੇ ਵਗੈਰਾ ਵਗੈਰਾ ਕਰ ਰਹੇ ਆ ਪਾਠ ਵਗੈਰਾ, ਕੋਈ ਲੜੀਆਂ ਤੋੜ ਰਹੇ ਆ ਜਾਂ ਆਪਦੇ ਟਰੱਸਟ ਬਣਾਈ ਬੈਠੇ ਆ ਤਕੜੇ ਤਕੜੇ, ਜਿਵੇਂ ਕਾਣਾ ਸਾਹਿਬ ਦੂਜੇ ਨਾਮ ਸਾਹਿਬ ਮਿਲਾ ਕੇ, ਆਪਾਂ ਜੇ ਧਿਆਨ ਦੇਈਏ ਕੁੱਲ ਮਿਲਾ ਕੇ ਵੀ ਇਹਦੇ ਵਿੱਚ ਸਿੱਖ ਧਰਮ ਦੇ ਵਿਦਵਾਨ ਬੁੱਧੀਜੀਵ ਜਿਹੜੇ ਲੋਕ ਨੇ
ਉਹ ਪਤਾ ਹੀ ਨਹੀਂ ਕਿਉਂ ਇਹਦੀ ਆਵਾਜ਼ ਹੀ ਨਹੀਂ ਚੱਕ ਰਹੀ। ਆਵਾਜ਼ ਕਿਉਂ ਨਹੀਂ ਚੱਕ ਰਹੀ ਜੀ? ਗੱਲ ਕੀ ਜੇ ਤਾਂ ਸਾਰੇ, ਕਿਉਂਕਿ ਪੈ ਗਏ ਜੀ ਲੋਕ ਵਿਤਕਰੇ ਦੇ ਵਿੱਚ, ਜਿਹੜੇ ਵਿਤਕਰੇ ਦੇ ਵਿੱਚ ਆ ਕੇ ਆਪੋ ਆਪਣਾ ਸਾਰਾ ਝੰਡਾ ਲੈ ਕੇ ਚੁੱਕੀ ਫਿਰਦੇ ਆ, ਕੋਈ ਇਹਦਾ ਰੱਬ ਮੇਰੇ 'ਚ ਹੈ, ਕੋਈ ਇਹਦਾ ਰੱਬ ਮੇਰੇ 'ਚ ਹੈ, ਕੋਈ ਆਪਦਾ ਗ੍ਰੰਥ ਬਣਾਈ ਫਿਰਦਾ, ਕੋਈ ਆਪਦਾ ਗ੍ਰੰਥ ਬਣਾਈ ਫਿਰਦਾ, ਸਾਰੇ ਗ੍ਰੰਥਾਂ ਦੀ ਤੋੜ ਭੰਨ ਕੀਤੀ ਜੀ, ਬਾਹਲੀਆਂ ਮੈਂ ਲੰਮੀਆਂ ਚੌੜੀਆਂ ਗੱਲਾਂ ਨਾ ਕਰਦਾ ਹੋਇਆ ਮੇਰੀ CCPU ਨਿਊਜ਼ ਨੂੰ ਅਤੇ ਸਾਰੇ ਵੱਡੇ ਵੱਡੇ ਜਿਹੜੇ ਅਦਾਰੇ ਜਿਸ ਤਰ੍ਹਾਂ ਕਿ ਬਾਬਾ ਬਲਵੀਰ ਸਿੰਘ ਜੀ ਹੈ, ਇਹਨਾਂ ਨੂੰ ਵੀ ਚਾਹੀਦਾ ਇਹ ਵੀ ਇਹ ਬਾਣੀ ਜਿਹੜੀ ਸਾਰੀ ਤੋੜ ਭੰਨ ਕੇ ਉਲਟ ਫੁੱਟ ਕੀਤੀ ਹੈ ਸਾਰੀ, ਇਹਨਾਂ ਨੂੰ ਇਹ ਸ਼ੁੱਧ ਕਰਨੀ ਚਾਹੀਦੀ ਆ। ਪੁਰਾਤਨ ਸਾਡੇ ਜਿਹੜੇ ਲੜੀਵਾਲ ਅਤੇ ਪੂਰੀਆਂ ਲਿਖਤਾਂ ਜੋ ਜੋ ਸਾਡੇ ਭਾਈ ਗੁਰਦਾਸ ਜੀ ਹੋਣੀ ਅਤੇ ਜਿਹੜੇ ਸਾਡੇ ਸੂਰਜ ਪ੍ਰਕਾਸ਼ ਜੀ ਦੇ ਵਿੱਚ ਸਾਡੀਆਂ ਚੀਜ਼ਾਂ ਦੱਸ ਕੇ ਗਏ ਉਹ ਸਾਡੀਆਂ ਪ੍ਰਚਾਰ ਕਰਨੀਆਂ ਚਾਹੀਦੀਆਂ, ਉਹ ਜਿਹੜੀਆਂ ਇਹਨਾਂ ਸਭ ਲੋਕਾਂ ਨੇ ਬੰਦ ਕੀਤੀਆਂ ਹੋਈਆਂ। ਇਸ ਕਰਕੇ ਸਾਡੀ ਸਿੱਖੀ ਨਹੀਂ ਵੱਧ ਸਕਦੀ, ਜਿੰਨਾ ਚਿਰ ਸਾਡਾ ਪੁਰਾਣਾ ਇਤਿਹਾਸ ਅਤੇ ਪੂਰਾ ਅੱਗੇ ਨਹੀਂ ਆ ਸਕਦਾ। ਇਸ ਕਰਕੇ ਜਿੰਨਾ ਚਿਰ ਇਹ ਬਾਣੀ ਹੈ ਜਿਹੜੀ, ਇਹ ਬਾਣੀ ਦੀ ਸੋਧ ਨਹੀਂ ਕੀਤੀ ਜਾ ਸਕਦੀ, ਉਹਨਾਂ ਚਿਰ ਸਿੱਖ ਸਿੱਖ ਨਹੀਂ ਬਣ ਸਕਦਾ। ਸਿੱਖ ਦਾੜੀ ਕੇਸ ਵਾਲਾ ਨਹੀਂ ਹੁੰਦਾ ਗਾ, ਸਿੱਖ ਦਾ ਮਤਲਬ ਵੀ ਆਪਾਂ ਸਿੱਖਣਾ, ਜੇ ਉਹਦੇ ਵਿੱਚ ਗਲਤ ਸਿੱਖਿਆਰਥੀ ਜੇ ਪਾਠ ਦੀ ਗਲਤ ਅਰਥ ਪਲਤ ਕਰਤੀ ਤਾਂ ਕੀ ਸਿੱਖੂਗਾ। ਇਸੇ ਕਰਕੇ ਸਾਡੇ ਰੱਬ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਇਹ ਗ੍ਰੰਥ ਸਿੱਖਾਂ ਦਾ ਨਹੀਂ ਗਾ, ਨਾਲੇ ਸਿੱਖਣ ਵਾਲੇ ਦਾ ਹੈ। ਹਾਂਜੀ, ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਹੁਣ ਪਾਠ ਬੋਧ ਸਮਾਗਮ ਕਰਾਉਂਦੇ ਨੇ, ਹਾਂਜੀ ਆਨੰਦਪੁਰ ਸਾਹਿਬ ਵੀ ਹੁੰਦੇ ਨੇ, ਪਿੱਛੇ ਸ਼੍ਰੋਮਣੀ ਕਮੇਟੀ ਨੇ ਵੀ ਕਰਾਉਣੇ ਸਟਾਰਟ ਕਰਤੇ। ਠੀਕ ਹੈ, ਪਾਠ ਬੋਧ ਸਮਾਗਮ ਦਾ ਮੀਨਸ ਵੀ ਪਾਠਾਂ ਦਾ ਜਿਹੜਾ ਇਹਨਾਂ ਦੇ ਅਰਥ ਲਗਾ ਮਾਤਰ ਨੂੰ ਸੈਟਿੰਗ ਕਰਨਾ, ਸ਼ੁੱਧ ਪਾਠ ਸਾਹਿਬ। ਹਾਂਜੀ, ਪਰ ਹੋ ਜਾਂਦੇ ਨੇ ਸਮਾਗਮ ਹੋ ਜਾਂਦੇ ਨੇ, ਹਾਂਜੀ ਉਹਨਾਂ ਦੀਆਂ ਜਿਹੜੇ ਲਿਟਰੇਚਰ ਹੀ ਨਹੀਂ ਛਪਦਾ ਉਹਨਾਂ ਦਾ। ਬਾਬਾ ਜਨੈਲ ਸਿੰਘ ਜੀ ਕਹਿੰਦੇ ਮੈਂ ਸੰਥਿਆ ਕੀਤੀ ਹੈ ਪਾਠ ਬੋਧ ਸਮਾਗਮ ਦੇ ਵਿੱਚ, ਇੱਕ ਮਹੀਨਾ ਲਾਇਆ, ਹਾਂਜੀ ਉਹਦੇ ਪੁੱਛਿਆ ਵੀ ਸਾਨੂੰ ਸ਼ੁੱਧ ਗੁਰੂ ਗ੍ਰੰਥ ਸਾਹਿਬ ਦੇ ਦਿਓ, ਸ਼ੁੱਧ ਸਾਨੂੰ ਦੇ ਦਿੱਤਾ ਤੇ ਸ਼ੁੱਧ ਕੀਤਾ, ਕਹਿੰਦੇ ਉਹ ਪ੍ਰਿੰਟ ਹੀ ਨਹੀਂ ਕਰਾਇਆ, ਫਿਰ ਉਹ ਪਾਠ ਬੋਧ ਸਮਾਗਮ ਕਰਾਉਣ ਦਾ ਮਤਲਬ ਦੱਸੋ। ਇਸ ਕਰਕੇ ਬਹੁਤ ਵੱਡਾ ਵਿਸ਼ਾ, ਮੈਂ ਸਮੂਹ ਨੂੰ ਇਹ ਬੇਨਤੀ ਕਰਦਾ ਗੁਰੂ ਨਾਲ ਪਿਆਰ ਕਰਨ ਵਾਲੇ, ਗੁਰੂ ਦੀ ਬਾਣੀ ਨਾਲ ਪਿਆਰ ਕਰਨ ਵਾਲੇ, ਕਿਉਂਕਿ ਸਰਬ ਸਾਂਝਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਆਪਾਂ ਸਾਰੇ ਉਹਨਾਂ ਦੇ ਤੇ ਗੌਰ ਕਰਨੀ ਚਾਹੀਦੀ ਹੈ। ਇਹ ਨਾ ਤਾਂ ਮੇਰੀ ਇਕੱਲੇ ਦੀ ਜ਼ਿੰਮੇਵਾਰੀ ਹੈ, ਤੁਹਾਡੀ ਵੀ ਜ਼ਿੰਮੇਵਾਰੀ ਹੈ, ਤੁਹਾਡੀ ਜ਼ਿੰਮੇਵਾਰੀ ਹੈ, ਸਰਬ ਸਾਂਝੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਆਪਾਂ ਇਹਦੇ ਵਿੱਚ ਕੁਛ ਹਿੰਮਤ ਕਰੀਏ, ਕੁਛ ਇਸ ਗੱਲ ਨੂੰ ਪੁੱਟਅਪ ਕਰੀਏ, ਜਿੰਨੀ ਮਹਾਰਾਜ ਨੇ ਆਪਾਂ ਨੂੰ ਬੁੱਧੀ ਦਿੱਤੀ ਹੈ, ਇਹ ਜਿੰਨੀ ਗੱਲ ਮੈਨੂੰ ਪਤਾ ਲੱਗ ਗਈ, ਇਹ ਗੁਰੂ ਦੀ ਕਿਰਪਾ, ਆਪਾਂ ਆਪਣੇ ਵਿੱਚ ਹੀ ਰੱਖ ਕੇ ਦੱਬ ਲੈਂਦੇ ਹਾਂ, ਆਪਾਂ ਨੂੰ ਅੱਗੇ ਦੱਸਣੀ ਚਾਹੀਦੀ ਹੈ। ਠੀਕ ਹੈ ਜੀ, ਠੀਕ ਹੈ। ਨੰਬਰ 2 ਤੇ ਮੈਂ ਇੱਕ ਹੋਰ ਤੁਹਾਨੂੰ ਵੱਡੀ ਗੱਲ ਇੱਕ ਦੋ ਗੱਲ ਦੇ ਵਿੱਚ ਜਵਾਬ ਦਿੰਦਾ। ਦੱਸੋ ਜੀ, ਕਹਿੰਦੇ ਨੇ ਕਿ ਦਸਮ ਗ੍ਰੰਥ ਨੂੰ ਕਈ ਲੋਕ ਨੇ, ਕਈ ਸੰਸਥਾਵਾਂ ਨੇ ਕਹਿੰਦੇ ਅਸੀਂ ਨਹੀਂ ਮੰਨਦੇ, ਝੂਠੇ ਤੱਕ ਕਹਿਦਾ, ਬਹੁਤ ਹੀ ਮੰਦੀ ਸ਼ਬਦਾਵਲੀ ਵੀ ਮੈਂ ਦੇਖੀ ਹੈ। ਠੀਕ ਹੈ ਜੀ, ਪਰ ਮੈਂ ਇੱਕ ਖਬਰ ਫਲੈਸ਼ ਕੀਤੀ ਸੀ ਕਾਫੀ ਦੇਰ ਹੋ ਗਈ, ਉਹਦੇ ਦੀ ਮੈਂ ਟਾਈਟਲ ਕੀ ਸੀ ਹੁੰਦਾ ਕਿ ਜਿਹੜਾ ਦਸਮ ਗ੍ਰੰਥ ਮਹਾਰਾਜ ਨੂੰ ਨਹੀਂ ਮੰਨਦਾ, ਜਿਹੜਾ ਸ੍ਰੀ ਗੁਰੂ ਦਸਮ ਗ੍ਰੰਥ ਮਹਾਰਾਜ ਨੂੰ ਨਹੀਂ ਮੰਨਦਾ ਉਹ ਅੰਮ੍ਰਿਤਧਾਰੀ ਸਿੱਖ ਹੀ ਹੈ। ਕਿਆ ਬਾਤ, ਕਿਉਂਕਿ ਉਹਦੇ ਦੇ ਪੰਜ ਬਾਣੀਆਂ ਦਾ ਨਿਤਨੇਮ ਜਿਹੜਾ ਦਿੱਤਾ ਜਾਂਦਾ, ਰਿੜਕ ਕੇ ਛਕਾਇਆ ਜਾਂਦਾ, ਉਹਦੇ ਵਿੱਚ ਜਪਜੀ ਸਾਹਿਬ, ਜਾਪ ਸਾਹਿਬ, ਤਪ ਸਾਹਿਬ, ਸਵਈਏ, ਚੋਪੇ ਸਾਹਿਬ ਤੇ ਆਨੰਦ ਸਾਹਿਬ ਦੇ ਪੰਜਾਂ ਬਾਣੀਆਂ ਦਾ ਪਾਠ ਸਾਹਿਬ। ਠੀਕ ਹੈ ਜੀ,
ਹੁਣ ਜਿਹੜੀ ਜਪਜੀ ਸਾਹਿਬ ਦਾ ਪਾਠ ਹੈ ਤੇ ਨਾਨਕ ਸਾਹਿਬ ਦੀ ਬਾਣੀ ਇਹ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਠੀਕ ਹੈ ਜੀ ਜਿਹੜੇ ਜਾਪ ਸਾਹਿਬ ਨੇ ਮਹਾਰਾਜ ਤਪ ਸਹਿ ਸੋਈ ਤੇ ਚੋਪੀ ਸਾਹਿਬ ਇਹ ਹੈ ਦਸ ਠੀਕ ਹੈ ਜੀ ਤੁਸੀਂ ਦੱਸੋ ਜੀ ਪੜੀਆਂ ਖੰਡਾ ਪਾਟੇ ਚ ਘੋਟ ਕੇ ਆਪਾਂ ਨੂੰ ਅੰਮ੍ਰਿਤ ਛਕਾਤਾ ਪੰਜ ਬਾਣੀਆਂ ਦਾ ਹਾਂਜੀ ਹੁਣ ਉਹਦੀ ਗੁਰੂ ਦਸਮ ਗ੍ਰੰਥ ਦੀ ਬਾਣੀ ਹੈ ਉਹ ਪਾਠਾਂ ਵਿੱਚ ਸਬਮਿਟ ਕੀਤਾ ਤੇ ਤਾਂ ਹੀ ਪੰਜੇ ਬਾਣੀ ਦੇ ਘੋਟ ਕੇ ਆਪਾਂ ਅੰਮ੍ਰਿਤਾ ਜੀ ਸਿੱਖ ਬਣਾਇਆ ਠੀਕ ਹੈ ਜੀ ਹੁਣ ਜਿਹੜੇ ਕਹਿੰਦੇ ਅਸੀਂ ਸਿੱਖਾਂ ਗੁਰੂ ਅਸੀਂ ਇਹ ਸਿੱਖੀਜ਼ਮ ਨੂੰ ਮੰਨਦੇ ਆ ਇਹਦੇ ਨਾਲ ਹੀ ਆ ਤੇ ਲੇਕਿਨ ਦਸਮ ਨੂੰ ਨਹੀਂ ਮੰਨਦੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਅੰਮ੍ਰਿਤਾ ਜੀ ਸਿੱਖ ਹੀ ਹੈ ਉਹ ਵਾਕਈ ਠੀਕ ਹੈ ਜੀ ਉਹ ਸਿੱਖ ਹੀ ਨਹੀਂ ਗਏ ਦਾ ਮਾਫੀ ਕਰਨਾ ਤੁਹਾਡੀ ਗੱਲ ਚ ਬੂਬ ਹੈ ਮੈਨੂੰ ਵੀ ਇੱਕ ਆਦਮੀ ਕਹਿੰਦਾ ਸੀ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਮੈਂ ਕਿਹਾ ਤੈਨੂੰ ਚਿੱਠੀ ਕਿੱਥੇ ਪਾਈ ਸੀ ਜੇ ਤੂੰ ਸ੍ਰੀ ਸਾਹਿਬ ਪਾ ਕੇ ਕਹਿੰਦਾ ਵੀ ਮੈਂ ਮਤਲਬ ਦਸਮ ਗ੍ਰੰਥ ਦੀ ਬਾਣੀ ਨੂੰ ਮੰਨਦਾ ਤੇ ਜਿਹੜੀ ਤੁਸੀਂ ਹੁਣ ਵਿਸਥਾਰ ਨਾਲ ਦੱਸ ਕੇ ਬਾਣੀਆਂ ਪੜ੍ਹ ਕੇ ਜਦੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਜੀ ਉਸ ਬਾਣੀ ਜਿੱਥੇ ਗ੍ਰੰਥ ਚ ਲਿਖੀ ਉਸ ਗ੍ਰੰਥ ਨੂੰ ਮੰਨਦਾ ਤੇ ਫਿਰ ਤੁਹਾਨੂੰ ਸ੍ਰੀ ਸਾਹਿਬ ਕੀ ਫਾਇਦਾ ਪਾਉਂਦਾ ਵੀ ਅੰਮ੍ਰਿਤ ਛਕਣ ਵੇਲੇ ਤਾਂ ਉਹ ਬਾਣੀ ਪੜ੍ਹੀ ਜਾਂਦੀ ਹੈ ਗੁਰੂ ਦਸਵੇਂ ਪਾਤਸ਼ਾਹ ਦੀ ਲੇਕਿਨ ਅੰਮ੍ਰਿਤ ਛਕਣ ਤੋਂ ਬਾਅਦ ਉਹਦੇ ਤੇ ਇੱਕ ਵਿਵਾਦ ਹੈ ਕਿ ਦਸਮ ਗ੍ਰੰਥ ਦੀ ਬਾਣੀ ਪਿੱਛੇ ਜੇ ਦਸਮ ਗ੍ਰੰਥ ਦੀ ਬਾਣੀ ਤੇ ਕਾਫੀ ਵਿਵਾਦ ਹੋਇਆ ਕਿ ਇਹ ਗ੍ਰੰਥ ਨੂੰ ਪ੍ਰਵਾਨ ਨਹੀਂ ਮੰਨਿਆ ਗਿਆ ਪਰ ਮੈਂ ਤਾਂ ਕੁੱਲ ਮਿਲਾ ਕੇ ਇਹ ਦੱਸ ਰਿਹਾ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਪੰਜਾਂ ਬਾਣੀ ਖੰਡੇ ਪਾਟੇ ਦਾ ਅੰਮ੍ਰਿਤ ਦਾ ਪਹਿਰਾ ਲਾਉਂਦੇ ਆ ਜਿਹੜੇ ਨਹੀਂ ਮੰਨਦੇ ਉਹ ਵੀ ਕਹਿੰਦੇ ਨੇ ਅੰਮ੍ਰਿਤ ਛਕਣਾ ਚਾਹੀਦਾ ਪਰ ਅੰਮ੍ਰਿਤ ਤਾਂ ਛਕਣਗੇ ਜੇ ਗੁਰੂ ਦੀ ਦਸਮ ਦੀ ਬਾਣੀ ਦੇ ਵਿੱਚ ਤਿੰਨ ਪਾਠ ਉਹ ਵੀ ਜੇ ਕਰਨਗੇ ਤਾਂ ਜਿਹੜੇ ਨਹੀਂ ਕਰਦੇ ਨਫ਼ਰਤ ਕਰਦੇ ਨੇ ਮੈਂ ਬਹੁਤ ਹੀ ਅਫਸੋਸ ਹੈ ਉਹਨਾਂ ਲੋਕਾਂ ਦੇ ਮੈਂ ਬਹੁਤ ਹੀ ਅਫਸੋਸ ਹੈ ਮੈਂ ਇੱਕ ਜ਼ਿੰਮੇਵਾਰ ਆਦਮੀ ਹਾਂ ਇੱਕ ਮੀਡੀਆ CCP ਨਿਊਜ਼ ਚਾਂਪ ਜਿਹੜੀ ਪੱਤਰਿਕਾ ਡੇਲੀ ਨਿਊਜ਼ ਪੇਪਰ ਡੇਲੀ ਈਵਨਿੰਗ ਈਵਨਿੰਗ ਨਿਊਜ਼ ਪੇਪਰ ਦਾ ਮੈਂ ਚੀਫ ਐਡੀਟਰ ਹਾਂ ਠੀਕ ਹੈ ਜੀ ਠੀਕ ਹੈ ਔਰ ਮੈਂ ਇਸ ਗੱਲ ਦਾ ਬਹੁਤ ਹੀ ਮੈਨੂੰ ਮਨ ਨੂੰ ਦੁੱਖ ਹੁੰਦਾ ਜਦੋਂ ਕਹਿੰਦੇ ਅਸੀਂ ਇਹਨੂੰ ਨਹੀਂ ਮੰਨਦੇ ਉਹਨੂੰ ਨਹੀਂ ਮੰਨਦੇ ਤੁਸੀਂ ਉਹਦੀ ਅਸਲੀਅਤ ਗੱਲ ਨੂੰ ਮੰਨ ਅਸਲੀਅਤ ਜਿਹੜੇ ਨਚੋੜ ਹੈ ਉਸ ਗੱਲ ਨੂੰ ਮੰਨੋ ਇਸ ਗੱਲ 'ਤੇ ਮੈਂ ਤਾਂ ਇੰਨੀ ਬੇਨਤੀ ਬਾਕੀ ਆਪਾਂ ਫਿਰ ਸੈਕਿੰਡ ਇੱਕ ਤੁਹਾਨੂੰ ਜਾਂਦੇ ਜਾਂਦੇ ਇੱਕ ਸ਼ਬਦ ਹੈ ਤਾਂ ਮੈਂ ਅਨਪੜ੍ਹ ਜੀ ਇੰਨੀ ਬਾਣੀ 'ਤੇ ਨਹੀਂ ਪੜ੍ਹਿਆ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਦੇਖੋ ਜੀ ਕੀ ਕਿਹਾ ਦਸਮ ਗ੍ਰੰਥ ਦੇ ਵਿੱਚ ਕੋਈ ਪਇਓ ਮੁੰਡੀਆਂ ਸੰਨਿਆਸੀ ਕੋਈ ਜੋਗੀ ਪਇਓ ਕੋ ਬ੍ਰਹਮਚਾਰੀ ਹਿੰਦੂ ਤੁਰਕ ਕੋ ਰਾਵ ਜੀ ਅਮਾਮ ਸਾਫੀ ਮਾਨਸ ਕੀ ਜਾਤ ਸਭ ਹੈ ਇੱਕੋ ਪਹਿਚਾਨੋ ਕਰਤਾ ਕਰੀਮ ਸੋਈ ਰਾਜ ਕਰਹੀਮ ਕੋਈ ਦੂਸਰੋ ਨਾ ਭੇਦ ਕੋਈ ਪੂਰਨ ਮਨ ਮਾਨਵੋ ਏਕ ਹੀ ਕੀ ਸੇਵ ਸਭੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਹੈ ਏਕਾ ਜੋਤ ਜਾਣੋ ਇਸ ਕਰਕੇ ਗੁਰੂ ਸਾਹਿਬ ਨੇ ਇੱਕੋ ਹੀ ਸਭ ਨੂੰ ਕਿਹਾ ਜੀ ਇੱਕੋ ਗੱਲ ਕਹੀ ਕੋਈ ਵਿਤਕਰਾ ਨਹੀਂ ਪਾਇਆ ਇਹ ਸਾਰੇ ਲੋਕ ਵਿਤਕਰਾ ਪਾਉਣ ਵਾਲੇ ਆ ਜੀ ਆਪੋ ਧਾਪ ਲੱਗੇ ਹੋਏ ਆ ਇਸ ਕਰਕੇ ਸਾਡੀ ਸਭ ਨੂੰ ਬੇਨਤੀ ਹੈ ਜੀ ਬਾਣੀ ਦਸਮ ਗ੍ਰੰਥ ਦੀ ਪੜ੍ਹੋ ਜੇ ਤੁਸੀਂ ਅੰਮ੍ਰਿਤ ਛਕਿਆ ਗੁਰੂ ਗੋਬਿੰਦ ਸਿੰਘ ਜੀ ਦਾ ਜੇ ਦਸਮ ਗ੍ਰੰਥ ਦੀ ਬਾਣੀ ਸਰਬਲੋ ਵਗੈਰਾ ਬਾਣੀਆਂ ਨਹੀਂ ਪਾਣੀ ਤੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਅਪਾਸ਼ਕ ਵੀ ਤੁਸੀਂ ਭੋਣ ਦੇ ਹੱਕਦਾਰ ਨਹੀਂ ਅਸੀਂ ਤਾਂ ਇੰਨੀ ਗੱਲ ਹੀ ਕਹਿੰਦੇ ਬਾਕੀ ਅਨਪੜ੍ਹ ਬੰਦਾ ਜੇ ਲਗਾ ਮਾਤਰਾ ਮੈਥੋਂ ਗਲਤ ਬੋਲੀ ਕੋਈ ਮੈਂ ਪੜ੍ਹਿਆ ਨਹੀਂ ਜੀ ਇੰਨਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਜਿੰਨੀ ਕੁ ਮੈਂ ਸੋਝੀ ਮੁਤਾਬਕ ਤੁਹਾਨੂੰ ਦੱਸ ਸਕਿਆ ਗਲਤੀ ਮਾਫ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ